ਗੁਰੂ ਜੀ پاس ਆਣ ਕੇ ਜਦ ਆਪ ਜੀ ਕੁਝ ਦਿਨ ਬੀਤ ਗਏ ਤਾਂ ਆਪ ਜੀ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਹੋਰ ਸਿੱਖਾਂ ਵਾਂਗੂ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਅੰਮ੍ਰਿਤ ਵੇਲੇ ਗੁਰੂ ਜੀ ਵਾਸਤੇ ਜਲ ਦੀਆਂ ਗਾਗਰਾਂ ਲਿਆ ਕੇ ਇਸ਼ਨਾਨ ਕਰਾਉਣਾ, ਫਿਰ ਵਸਤਰ ਸਾਫ਼ ਕਰਕੇ ਆਪ ਇਕਾਂਤ ਹੋ ਕੇ ਗੁਰੂ ਜੀ ਦੀ ਮੂਰਤੀ ਦਾ ਧਿਆਨ ਤਰਕੇ ਬੈਠ ਜਾਂਦੇ। ਸਿਮਰਨ ਤੋਂ ਉੱਠ ਕੇ ਲੰਗਰ ਵਾਸਤੇ ਪਾਣੀ ਲਿਆਉਂਦੇ, ਝਾੜੂ ਦਿੰਦੇ ਅਤੇ ਬਰਤਨ ਮਾਜਦੇ। ਆਪ ਜੀ ਦੀ ਸੇਵਾ ਵਿੱਚ ਇਤਨੇ ਤਤਪਰ ਰਹਿੰਦੇ ਸਨ ਕਿ ਆਪ ਜੀ ਨੂੰ ਖਾਣਾ ਪੀਣਾ ਅਤੇ ਪਹਿਨਣ ਦਾ ਵੀ ਕੋਈ ਲਾਲਸਾ ਨਾ ਰਹੀ। ਅਣਥਕ ਰਾਤ ਦਿਨ ਸੇਵਾ ਕਰਕੇ ਆਪ ਜੀ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਅਤੇ ਸਰੀਰ ਦੇ ਪਹਿਨਣ ਵਾਲੇ ਕੱਪੜੇ ਵੀ ਮਸਤਾਨੇ ਨਹੀਂ ਰਹਿੰਦੇ ਸਨ। ਗੁਰੂ ਜੀ ਨੇ ਆਪ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਪਰਣਾ ਦਿੱਤਾ ਜੋ ਆਪ ਜੀ ਨੇ ਗੁਰੂ ਜੀ ਦਾ ਪ੍ਰਸਾਦ ਸਮਝ ਕੇ ਸਿਰ ਉੱਤੇ ਲਪੇਟ ਲਿਆ। ਆਪ ਜੀ ਤਨ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਅਤੇ ਮਨ ਕਰਕੇ ਗੁਰੂ ਜੀ ਦੇ ਨਾਮ ਚਿੰਤਨ ਕਰਦੇ ਰਹਿੰਦੇ ਸਨ ਆਪ ਜੀ ਦੀ ਕੋਰ ਸੇਵਾ ਉੱਤੇ પ્રસન્ન ਹੋ ਕੇ ਗੁਰੂ ਜੀ ਨੇ ਜਿਹੜਾ ਪਰਣਾ ਸਾਲ ਦੇ ਸਾਲ ਬਖਸ਼ਿਸ਼ ਕਰਦੇ ਉਹ ਆਪ ਜੀ ਪਹਿਲਾਂ ਹੀ ਪਰਨੇ ਦੇ ਉੱਤੇ ਬਣ ਲੈਂਦੇ ਇਸੇ ਤਰ੍ਹਾਂ 11 ਸਾਲ ਬੀਤ ਗਏ ਤੇ ਇਹਨਾਂ ਪਰਨਿਆਂ ਦਾ ਆਪ ਜੀ ਦੇ ਸਿਰ ਉੱਤੇ ਵੱਡਾ ਮਨਸਾ ਬਣ ਗਿਆ ਆਪ ਜੀ ਸਰੀਰ ਪਤਲਾ ਤੇ ਮਦਰਾ ਸੀ ਜੋ ਕਿ ਬਿਰਧ ਅਵਸਥਾ ਦੇ ਕਾਰਨ ਬਹੁਤ ਹੀ ਨਿਰਬਲ ਸੀ ਇਹ ਗੁਰੂ ਇਤਿਹਾਸ ਦੇ ਮੁਤਾਬਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਜੋ ਗੁਰੂ ਅੰਗਦ ਦੇਵ ਜੀ ਦੇ ਪ੍ਰਤੀ ਨਿਭਾਈਆਂ ਗਈਆਂ ਸੇਵਾ ਤੇ ਇੱਕ ਥੋੜੀ ਨਜ਼ਰ ਸੀ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਜੀਵਨ ਦਾ ਹਰ ਇੱਕ ਪਲ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਬਤਾਇਆ ਆਪਣੇ ਸਰੀਰ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਜੇਕਰ ਇਸੇ ਤਰ੍ਹਾਂ ਦੀਆਂ ਤੁਸੀਂ ਵੀਡੀਓਜ਼ ਔਰ ਜਾਣਕਾਰੀਆਂ ਚਾਹੁੰਦੇ ਹੋ ਤਾਂ ਤੁਸੀਂ ਇਹ ਸਾਡੇ ਚੈਨਲ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ